ਹੈਲੋ ਸਟੂਡੈਂਟਸ ਵੈਲਕਮ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਇਸ ਆਪਣੇ ਚੈਨਲ ਸਟੱਡੀ ਪੁਆਇੰਟ 44 ਦੇ ਵਿੱਚ ਹਾਂਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਈਡਟੀ 5994 ਇਜਾਮ ਨੂੰ ਟਾਰਗੇਟ ਰੱਖਦੇ ਹੋਏ ਐਸਐਸਟੀ ਦੇ ਟੌਪ 40 ਐਮਸੀਕਿਊਜ਼ ਡਿਸਕਸ ਕਰਾਂਗੇ ਠੀਕ ਹੈ ਇਹਦੇ ਵਿੱਚ ਕੁਝ ਕਰੰਟ ਅਫੇਅਰਸ ਦੇ ਵੀ ਕੁਸ਼ਨ ਇਨਕਲੂਡ ਕੀਤੇ ਗਏ ਨੇ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਣਾ ਹੈ ਬਾਕੀ ਜਿਹੜੀ ਵੀ ਵਿਦਿਆਰਥੀ ਆਪਣੇ ਇਸ ਚੈਨਲ ਤੇ ਨਵੇਂ ਨੇ ਤਾਂ ਪਲੀਜ਼ ਚਾਹਨਾ ਨੂੰ ਹੁਣੇ ਹੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਵੀ ਪ੍ਰੈਸ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਇਸ ਤੋਂ ਇਲਾਵਾ ਪੇਪਰ A ਜਿਹੜਾ ਪੰਜਾਬੀ ਹੈਗਾ ਤਾਂ ਉਸ ਨੂੰ ਆਪਾਂ ਟਾਰਗੇਟ ਰੱਖਦੇ ਹੋਏ ਟੋਟਲ 10 ਮੋਕ ਟੈਸਟ ਰੈਡੀ ਕੀਤੇ ਨੇ ਹਰੇਕ ਟੈਸਟ ਵਿੱਚ ਤੁਹਾਨੂੰ 100 ਐਮਸੀਕਿਊ ਪ੍ਰੋਵਾਈਡ ਕੀਤੇ ਜਾ ਰਹੇ ਨੇ ਤਾਂ ਇਹਨਾਂ ਦੀ ਫੀਸ ਵੀ ਬਹੁਤ ਘੱਟ ਹੈ 300 ਰੁਪਏ ਵਿੱਚ ਤੁਸੀਂ ਆਪਣੇ ਕੋਲ ਇਹ ਸਾਰੇ ਟੈਸਟ ਬਾਈ ਕਰ ਸਕਦੇ ਹੋ ਤਾਂ ਇਹਨਾਂ ਟੈਸਟਾਂ ਨੂੰ ਲੈਣ ਦੇ ਲਈ ਤੁਸੀਂ ਮੈਨੂੰ ਇਸ ਨੰਬਰ ਤੇ ਕਾਲ ਕਰਨਾ ਹੈ 95173 4454 ਇਸ ਨੰਬਰ ਤੇ ਜਾਂ ਤਾਂ ਕਾਲ ਕਰਨਾ ਹੈ ਜਾਂ WhatsApp थ्रू ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤਾਂ ਇਹਨਾਂ ਟੈਸਟਾਂ ਦੇ ਰਿਗਾਰਡਿੰਗ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ। ਵੈਸੇ ਵੀ ਤੁਹਾਨੂੰ ਪਤਾ ਹੈ ਪੇਪਰ A ਪਹਿਲੀ ਵਾਰ ਕੰਡਕਟ ਕਰਵਾਇਆ ਜਾ ਰਿਹਾ ਹੈ ਸੋ ਤੁਹਾਨੂੰ ਪੈਟਰਨ ਪਤਾ ਹੋਣਾ ਚਾਹੀਦਾ ਹੈ ਕਿ ਪੈਟਰਨ ਕਿਵੇਂ ਦਾ ਪੇਪਰ ਵਿੱਚ ਆ ਸਕਦਾ ਹੈ ਐਂਡ ਕਿੱਦਾਂ ਦੇ ਕੁਐਸਚਨ ਤੁਹਾਨੂੰ ਪੇਪਰ ਵਿੱਚ ਦੇਖਣ ਨੂੰ ਮਿਲ ਸਕਦੇ ਨੇ। ਵੈਸੇ ਵੀ ਮੋਕ ਟੈਸਟ ਲਗਾ ਕੇ ਤੁਸੀਂ ਆਪਣਾ ਕੌਨਫੀਡੈਂਸ ਲੈਵਲ ਵੀ ਵਧਾ ਸਕਦੇ ਜੇ ਐਡ ਪੇਪਰ ਵਿੱਚ ਮਿਸਟੇਕ ਹੋਣ ਦੇ ਚਾਂਸ ਵੀ ਕੱਟਦੇ ਨੇ। ਐਂਡ ਇਹਨਾਂ ਮੋਕ ਟੈਸਟਾਂ ਦੇ ਵਿੱਚ ਪੇਪਰ A ਦਾ ਸਾਰਾ ਸਿਲੇਬਸ ਵੀ ਕਵ ਠੀਕ ਹੈ ਤਾਂ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੋ ਸਭ ਤੋਂ ਪਹਿਲਾ ਕੁਐਸਚਨ ਦਿੱਤਾ ਗਿਆ ਹੈ ਰਾਜ ਦੇ ਵਿੱਚ ਰਾਜਪਾਲ ਨੂੰ ਸੌਂ ਕੌਣ ਚੁਕਾਉਂਦਾ ਹੈ ਇਸ ਦੀ ਪੀਡੀਐਫ ਤੁਹਾਨੂੰ ਆਪਣੇ ਵਟਸਐਪ ਗਰੁੱਪ ਵਿੱਚ ਪ੍ਰੋਵਾਈਡ ਕੀਤੀ ਜਾਵੇਗੀ ਵਟਸਐਪ ਗਰੁੱਪ ਦੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਿੱਤੀ ਗਈ ਹੈ ਉਸ ਨੂੰ ਤੁਸੀਂ ਹੁਣੇ ਜੁਆਇਨ ਕਰੋ ਉੱਥੇ ਤੁਹਾਨੂੰ ਇਸ ਦੀ ਪੀਡੀਐਫ ਵੀ ਕੁਝ ਸਮੇਂ ਤੱਕ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਸੋ ਤੁਹਾਨੂੰ ਪਤਾ ਹੈ ਰਾਜ ਦੇ ਵਿੱਚ ਰਾਜਪਾਲ ਨੂੰ ਸੌਂ ਚੁਕਾਉਂਦਾ ਹੈ ਆਪਸ਼ਨ ਨੰਬਰ A ਯਾਨੀ ਕਿ ਹਾਈ ਕੋਰਟ ਦਾ ਮੁੱਖ ਜੱਜ ਏ ਬਿਲਕੁਲ ਸਹੀ ਆਨਸਰ ਬਣੇਗਾ ਬੱਚੇ ਅਕਸਰ ਹੀ ਗਲਤੀ ਕਰ ਬੈਠਦੇ ਨੇ ਜਿਹੜਾ ਰਾਸ਼ਟਰਪਤੀ ਹੁੰਦਾ ਹੈ ਉਹ ਰਾਜ ਦੇ ਵਿੱਚ ਰਾਜਪਾਲ ਦੀ ਨਿਯੁਕਤੀ ਕਰਦਾ ਹੈ ਨਾ ਕਿ ਸੌਂਚ ਕਾਉਂਦਾ ਸੌਂਚ ਕਾਉਂਦਾ ਹੈ ਹਾਈ ਕੋਰਟ ਦਾ ਮੁੱਖ ਜੱਜ ਏ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਭਾਰਤ ਦੇ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵਿਧਾਨ ਸਭਾ ਹੈ 2 3 4 ਜਾਂ 5 ਤਾਂ ਭਾਰਤ ਦੇ ਕੁੱਲ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵਿਧਾਨ ਸਭਾ ਹੈ ਤਾਂ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਤੁਹਾਨੂੰ ਪਤਾ ਹੈ ਆਪਣਾ ਜੰਮੂ ਅਤੇ ਕਸ਼ਮੀਰ ਐਂਡ ਲਦਾਖ ਤਾਂ ਇਹ ਵੀ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਚੁੱਕੇ ਨੇ ਤਾਂ ਵਰਤਮਾਨ ਸਮੇਂ ਵਿੱਚ ਟੋਟਲ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵਿਧਾਨ ਸਭਾ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਇਸ ਤਰ੍ਹਾਂ ਭਾਰਤ ਦੇ ਟੋਟਲ 6 ਰਾਜਾਂ ਦੇ ਵਿੱਚ ਵਿਧਾਨ ਪਰਿਸ਼ਦ ਹੈ ਕਿੰਨੇ ਰਾਜਾਂ ਦੇ ਵਿੱਚ ਵਿਧਾਨ ਪਰਿਸ਼ਦ ਹੈ 6 ਰਾਜਾਂ ਦੇ ਵਿੱਚ ਵਿਧਾਨ ਪਰਿਸ਼ਦ ਹੈ ਵਿਧਾਨ ਪਰਿਸ਼ਦ ਨੂੰ ਰਾਜ ਦੇ ਵਿੱਚ ਉੱਪਰਲਾ ਸਦਨ ਵੀ ਕਿਹਾ ਜਾਂਦਾ ਹੈ ਠੀਕ ਹੈ ਵਿਧਾਨ ਸਭਾ ਨੂੰ ਰਾਜ ਦੇ ਵਿੱਚ ਹੇਠਲਾ ਸਦਨ ਕਿਹਾ ਜਾਂਦਾ ਹੈ ਐਂਡ ਵਿਧਾਨ ਪਰਿਸ਼ਦ ਨੂੰ ਰਾਜ ਦੇ ਵਿੱਚ ਉੱਪਰਲਾ ਸਦਨ ਕਿਹਾ ਜਾਂਦਾ ਹੈ ਐਂਡ ਇਹਨਾਂ ਦਾ ਕਾਰਜਕਾਲ ਹੁੰਦਾ ਹੈ 6 ਸਾਲ ਦਾ ਕਿੰਨੇ ਸਾਲਾਂ ਦਾ 6 ਸਾਲਾਂ ਦਾ ਹੁੰਦਾ ਐਂਡ ਪੰਜਾਬ ਦੇ ਵਿੱਚੋਂ ਵਿਧਾਨ ਪਰਿਸ਼ਦ ਨੂੰ ਖਤਮ ਕੀਤਾ ਗਿਆ ਸੀ 1970 ਦੇ ਵਿੱਚ ਆਹ ਕੁਛ ਨੀ ਇਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚੋਂ ਵਿਦਾਨ ਪ੍ਰੀਸ਼ਦ ਨੂੰ ਕਦੋਂ ਖਤਮ ਕੀਤਾ ਗਿਆ ਸੀ ਤਾਂ 1970 ਵਿੱਚ ਖਤਮ ਕੀਤਾ ਗਿਆ ਸੀ ਤਾਂ ਇਸ ਪੁਆਇੰਟ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਨੈਕਸਟ ਸੰਸਦ ਦੀ ਪਹਿਲੀ ਬੈਠ ਕਦੋਂ ਹੋਈ ਸੀਗੀ ਇਹਦੇ ਵਿੱਚ ਤੁਸੀਂ ਪੱਕਾ ਹੀ ਕਨਫਿਊਜ਼ ਹੋਗੇ ਠੀਕ ਹੈ ਇੱਥੇ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ A ਯਾਨੀ ਕਿ 13 ਮਈ 1952 ਦੇ ਵਿੱਚ ਸੰਸਦ ਦੀ ਪਹਿਲੀ ਬੈਠਕ ਹੁੰਦੀ ਹੈ ਇਹ ਬਿਲਕੁਲ ਸਹੀ ਆਨਸਰ ਬਣੇਗਾ ਠੀਕ ਹੈ ਜੇਕਰ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੁੰਦੀ ਤਾਂ ਆਨਸਰ ਚੇਂਜ ਹੋ ਜਾਣਾ ਸੀ ਬਟ ਇੱਥੇ ਗੱਲ ਕੀਤੀ ਜਾ ਰਹੀ ਸੀ ਪਾਰਲੀਮੈਂਟ ਦੀ ਯਾਨੀ ਕਿ ਸੰਸਦ ਦੀ ਪਹਿਲੀ ਬੈਠਕ ਕਦੋਂ ਹੁੰਦੀ ਹੈ ਤਾਂ 13 ਮਈ 1952 ਤੁਸੀਂ ਪੇਪਰ ਵਿੱਚ ਆਨਸਰ ਟਿਕ ਕਰਕੇ ਆਉਣਾ ਹੈ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਨੈਕਸਟ ਭਾਰਤੀ ਸੰਸਦ ਦਾ ਨਿਰਮਾਣ ਹੁੰਦਾ ਕਿੰਨਾ ਤੋਂ ਨਿਰਮਾਣ ਹੁੰਦਾ ਪਹਿਲਾਂ ਤੁਸੀਂ ਚਾਰੇ ਚਾਰੇ ਆਪਸ਼ਨਾਂ ਧਿਆਨ ਨਾਲ ਰੀਡ ਕਰੋ ਹਾਂਜੀ ਤਾਂ ਇੱਥੇ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀਨ ਕੀ ਰਾਸ਼ਟਰਪਤੀ ਲੋਕ ਸਭਾ ਅਤੇ ਰਾਜ ਸਭਾ ਤਾਂ ਇਹਨਾਂ ਤਿੰਨਾਂ ਦੇ ਨਿਰਮਾਣ ਤੋਂ ਸੰਸਦ ਦਾ ਨਿਰਮਾਣ ਹੁੰਦਾ ਹੈ ਤਾਂ ਸੀ ਬਿਲਕੁਲ ਸਹੀ ਆਨਸਰ ਬਣੇਗਾ ਐਦਾਂ ਵੀ ਕੁਸ਼ਨ ਪੇਪਰ ਵਿੱਚ ਬੰਦਾ ਕਿ ਸੰਸਦ ਦੇ ਟੋਟਲ ਕਿੰਨੇ ਅੰਗ ਹੁੰਦੇ ਨੇ ਤਾਂ ਸੰਸਦ ਦੇ ਟੋਟਲ ਤਿੰਨ ਅੰਗ ਹੁੰਦੇ ਨੇ ਇੱਕ ਰਾਸ਼ਟਰਪਤੀ ਦੂਸਰਾ ਲੋਕ ਸਭਾ ਅਤੇ ਤੀਸਰਾ ਰਾਜ ਸਭਾ ਰਾਜ ਸਭਾ ਉਪਰਲਾ ਸਦਨ ਐਂਡ ਲੋਕ ਸਭਾ ਹੇਠਲਾ ਸਦਨ ਜਿਸ ਨੂੰ ਲੋਕਪ੍ਰੀਅ ਸਦਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਨੈਕਸਟ ਭਾਰਤੀ ਸੰਵਿਧਾਨ ਦਾ ਸਭ ਤੋਂ ਵੱਡਾ 파ਗ ਕਿਹੜਾ ਹੈ ਕੋਨ ਨੂੰ ਪਤਾ ਹੈ ਵਰਤਮਾਨ ਸਮੇਂ ਦੇ ਵਿੱਚ ਟੋਟਲ ਸੰਵਿਧਾਨ ਦੇ ਭਾਗ ਕਿੰਨੇ ਨੇ 25 ਅਨੁਸੂਚੀਆਂ ਕਿੰਨੀਆਂ ਨੇ 12 ਐਂਡ ਅਨੁਸ਼ੇਦਗੇ ਨੇ 465 ਪਲੱਸ ਠੀਕ ਹੈ ਐਂਡ ਜਦੋਂ ਆਪਣਾ ਸੰਵਿਧਾਨ ਬਣਿਆ ਸੀ ਉਸ ਸਮੇਂ 395 ਅਨੁਸ਼ੇਦ ਸੀਗੇ ਠੀਕ ਹੈ 8 ਅਨੁਸੂਚੀਆਂ ਸੀ ਐਂਡ ਭਾਗ ਸੀਗੇ 22 ਤਾਂ ਇਹਨਾਂ ਗੱਲਾਂ ਨੂੰ ਵੀ ਤੁਸੀਂ ਧਿਆਨ ਵਿੱਚ ਰੱਖਣਾ ਹੈ ਤਾਂ ਭਾਰਤੀ ਸੰਵਿਧਾਨ ਦਾ ਸਭ ਤੋਂ ਵੱਡਾ ਭਾਗ ਹੈਗਾ ਭਾਗ ਨੰਬਰ 5 ਬੀ ਬਿਲਕੁਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਬੀ ਪਾਗ ਨੰਬਰ 5 ਇਸ ਤਰ੍ਹਾਂ ਸਭ ਤੋਂ ਛੋਟਾ ਪਾਗ ਪੁੱਛਿਆ ਜਾਵੇ ਪੇਪਰ ਵਿੱਚ ਤਾਂ ਆਂਸਰ ਟਿੱਕ ਕਰ ਗੋਣਾ ਹੈ ਪਾਗ ਨੰਬਰ 20 ਸੰਵਿਧਾਨ ਦੇ ਕੁੱਲ ਪਾਗ ਹੈਗੇ ਨੇ ਵਰਤਮਾਨ ਸਮੇਂ ਦੇ ਵਿੱਚ 25 ਨੈਕਸਟ ਹਾਈ ਕੋਰਟ ਦਾ ਜੱਜ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦਾ ਹੈ ਠੀਕ ਹੈ ਜਦੋਂ ਐਦਾਂ ਦਾ ਕੁਐਸਚਨ ਕੁਐਸਚਨ ਵੈਸੇ ਇਹ ਸਿੰਪਲ ਹੁੰਦੇ ਨੇ ਬਟ ਜਦੋਂ ਪੇਪਰ ਦੇ ਵਿੱਚ ਐਦਾਂ ਦਾ ਕੁਐਸਚਨ ਬਣਦਾ ਤਾਂ ਬੱਚੇ ਅਕਸਰੀ ਕਨਫਿਊਜ਼ ਹੋ ਜਾਂਦੇ ਨੇ ਠੀਕ ਹੈ ਬਾਧ ਤਵਾਦ ਐਮਸੀਕਿਊ ਲਗਾਓ ਚਾਹੇ ਤੁਸੀਂ ਹੋਰ ਵੀ ਕਿਸੇ ਚੈਨਲ ਨੂੰ ਫੋਲੋ ਕਰ ਸਕਦੇ ਜੇ ਠੀਕ ਹੈ ਬਾਧ ਤਵਾਦ ਐਮਸੀਕਿਊ ਲਗਾਓ ਐਂਡ ਜੇਕਰ ਥਿਊਰੀ ਤੁਸੀਂ ਵਧੀਆ ਟਾਂਗ ਦੇ ਨਾਲ ਪੜ੍ਹ ਰੱਖੀ ਹੈ ਐਂਡ ਮੈਮਸੀਕਿਊ ਲਗਾ ਕੇ ਤੁਸੀਂ ਪੇਪਰ ਵਿੱਚ ਬੈਠਦੇ ਹੋ ਤਾਂ ਗਲਤੀ ਤੁਹਾਡੇ ਕੋਲ ਨਹੀਂ ਹੋਵੇਗੀ ਜੇਕਰ ਸਿਰਫ ਤੁਸੀਂ ਥਿਊਰੀ ਹੀ ਪੜ੍ਹ ਕੇ ਇਗਜ਼ਾਮ ਦੇ ਵਿੱਚ ਐਂਟਰ ਕਰਦੇ ਹੋ ਤਾਂ ਗਲਤੀ ਹੋਣ ਦੇ ਚਾਂਸ ਜ਼ਰੂਰ ਵਧਣਗੇ ਇਸੇ ਕਰਕੇ ਮੈਂ ਕਹਿਣਾ ਹੁਣਾ ਕਿ ਮੌਕ ਟੈਸਟ ਤੁਸੀਂ ਜ਼ਰੂਰ ਲਗਾ ਕੇ ਜਾਣਾ ਠੀਕ ਹੈ ਪੇਪਰ A ਦੇ ਵੀ ਐਡ ਪੇਪਰ B ਦੇ ਵੀ ਚਾਹੇ ਤੁਹਾਡੇ ਕੱਟ ਮਾਰਕਸ ਮੰਨ ਬਟ ਮੋਕ ਟੈਸਟ ਤੁਸੀਂ ਜ਼ਰੂਰ ਲਗਾਉਣੇ ਨੇ ਤਾਂ ਇੱਥੇ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ D ਯਾਨੀ ਕਿ ਰਾਸ਼ਟਰਪਤੀ ਹਾਈ ਕੋਰਟ ਦਾ ਜੱਜ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦਾ ਹੈ ਉਹ ਦਿੰਦਾ ਹੈ ਰਾਸ਼ਟਰਪਤੀ ਨੂੰ D ਬਿਲਕੁਲ ਸਹੀ ਆਨਸਰ ਬਣੇਗਾ ਕੱਲ ਇੱਕ ਬੱਚੇ ਦਾ ਕਮੈਂਟ ਮੈਨੂੰ ਆਇਆ ਸੀਗਾ ਉਹਨਾਂ ਦਾ ਇਹ ਕਹਿਣਾ ਸੀ ਕਿ ਮੋਕ ਟੈਸਟ ਨਹੀਂ ਲਗਾਉਣੇ ਚਾਹੀਦੇ ਇਹਦੇ ਨਾਲ ਆਪਣਾ ਜਿਹੜਾ ਕੰਫੀਡੈਂਸ ਲੈਵਲ ਜਿਹੜਾ ਹੈ ਉਹ ਕੱਟਦਾ ਹੈ ਠੀਕ ਹੈ ਉਹ ਬੱਚੇ ਨੇ ਤਿਆਰੀ ਜਮਾ ਵੀ ਨਹੀਂ ਕੀਤੀ ਹੋਣੀ ਠੀਕ ਹੈ ਜਿਹੜੇ ਬੱਚੇ ਨੇ ਤਿਆਰੀ ਨਹੀਂ ਕੀਤੀ ਵੀ ਠੀਕ ਹੈ ਉਹਦੇ ਤਾਂ ਆਟੋਮੈਟਿਕਲੀ ਨੰਬਰ ਕੱਟ ਆਉਣਗੇ ਜੇਕਰ ਤੁਸੀਂ ਤਿਆਰੀ ਵਧੀਆ ਟੰਗ ਦੇ ਨਾਲ ਕੀਤੀ ਵੀ ਹੈ ਤੁਸੀਂ ਸਾਰੀ ਥਿਉਰੀ ਰੀਡ ਕੀਤੀ ਆ ਜਿੰਨੇ ਵੀ ਆਪਣੇ ਸਬਜੈਕਟ ਬੰਦੇ ਨੇ ਸਾਰਿਆਂ ਨੂੰ ਤੁਸੀਂ ਧਿਆਨ ਨਾਲ ਪੜਿਆ ਸਾਰੀ ਥਿਉਰੀ ਤੁਸੀਂ ਰੀਡ ਕੀਤੀ ਆ ਫਿਰ ਜੇਕਰ ਤੁਸੀਂ ਮੋਕ ਟੈਸਟ ਲਗਾਉਂਦੇ ਹੋ ਫਿਰ ਹੀ ਤੁਹਾਨੂੰ ਬੈਨੀਫਿਟ ਹੋਵੇਗਾ ਇਹ ਨਹੀਂ ਵੀ ਤੁਸੀਂ ਪੜਿਆ ਕੁਝ ਵੀ ਨਹੀਂ ਬਟ ਮੋਕ ਟੈਸਟ ਲਗਾਉਣਾ ਸ਼ੁਰੂ ਕਰ ਦੋ ਫਿਰ ਤਾਂ ਤੁਹਾਡੇ ਮਾਰਕਸ ਗੇਨ ਹੋਣ ਹੀਗੇ ਨਹੀਂ ਠੀਕ ਹੈ ਤਾਂ ਬੱਚੇ ਨੇ ਹੋ ਸਕਦਾ ਮੋਕ ਟੈਸਟ ਲਗਾਏ ਹੋਣ ਉਹਦੇ ਨੰਬਰ ਕੱਟ ਬਣੇ ਹੋਣਗੇ ਕਿਉਂਕਿ ਉਹਨੇ ਪੜਿਆ ਹੀ ਨਹੀਂ ਕੁਛ ਹੋਣਾ ਠੀਕ ਹੈ ਜੇਕਰ ਤੁਸੀਂ ਪੜ ਕੇ ਮੋਕ ਟੈਸਟ ਲਗਾਉਂਦੇ ਹੋ ਤਾਂ ਹੀ ਤੁਸੀਂ ਨੰਬਰ ਗੈਨ ਕਰ ਸਕਦੇ ਜੇ ਨੈਕਸਟ ਆਪਾਂ ਕੁਐਸਚਨ ਵੱਲ ਮੂਵ ਕਰਦੇ ਹਾਂ ਵੈਸੇ ਵੀ ਤੁਹਾਨੂੰ ਪਤਾ ਹੈ ਉਹੀ ਬੱਚਾ ਮੋਕ ਟੈਸਟ ਲਗਾਉਂਦਾ ਜਿੰਦੀ ਥਿਊਰੀ ਕੰਪਲੀਟ ਹੁੰਦੀ ਹੈ ਜਿੰਨੇ ਕੁਝ ਪੜ ਕੇ ਪੇਪਰ ਦੇਣਾ ਹੈ ਠੀਕ ਹੈ ਜਿੰਨੇ ਐਵੇਂ ਟਾਈਮ ਪਾਸ ਕਰਕੇ ਪੇਪਰ ਦੇਣਾ ਤਾਂ ਉਹ ਮੋਕ ਟੈਸਟ ਨਹੀਂ ਲਗਾਉਂਦਾ ਭਗਵੰਤ ਮਾਨ ਪੰਜਾਬ ਦੇ ਕਿੰਵੇਂ ਨੰਬਰ ਦੇ ਮੁੱਖ ਮੰਤਰੀ ਹਨ 16 ਨੰਬਰ ਦੇ 17ਵੇਂ 15ਵੇਂ ਜਾਂ 14ਵੇਂ ਤਾਂ ਇੱਥੇ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਆਪਣੇ ਕੋਲ ਬੀ ਯਾਨੀ ਕਿ 7ਵਾਂ ਠੀਕ ਹੈ ਭਗਵੰਤ ਮਾਨ ਪੰਜਾਬ ਦੇ ਕਿੰਵੇਂ ਨੰਬਰ ਦੇ ਮੁੱਖ ਮੰਤਰੀ ਹਨ 7ਵੇਂ ਨੰਬਰ ਤੇ ਮੁੱਖ ਮੰਤਰੀ ਹਨ ਇਹ ਕੁਸ਼ਣ ਪੇਪਰ ਦੇ ਵਿੱਚ ਬਣ ਸਕਦਾ ਹੈ ਐਂਡ ਪੰਜਾਬ ਦੇ ਵਿੱਚ ਜਿਹੜੀਆਂ ਪਿਛਲੀਆਂ ਚੋਣਾਂ ਹੋਈਆਂ ਨੇ ਠੀਕ ਹੈ ਉਹ 16ਵੀਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਕਿੰਵੀਂ 16ਵੀਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਆਹ ਵੀ ਕੁਸ਼ਣ ਇਗਜ਼ਾਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਸੋ ਧਿਆਨ ਦੇ ਵਿੱਚ ਤੁਸੀਂ ਜ਼ਰੂਰ ਰੱਖਣਾ ਨੈਕਸਟ ਹਾਂਜੀ ਜੇਕਰ ਵੀਡੀਓ ਹੈਲਪਫੁੱਲ ਲੱਗ ਰਹੀ ਤਾਂ ਪਲੀਜ਼ ਇੱਕ ਵਾਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਐਂਡ ਲਾਈਕ ਵੀ ਕਰ ਦਿਓ ਲਾਈਕ ਨਹੀਂ ਕੀਤਾ ਤਾਂ ਪਲੀਜ਼ ਲਾਈਕ ਤੁਸੀਂ ਜ਼ਰੂਰ ਕਰਨਾ ਹੈ ਨੈਕਸਟ ਆਪਣਾ ਕੁਸ਼ਨ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਰਤਮਾਨ ਸਮੇਂ ਮੁੱਖ ਜੱਜ ਕੌਣ ਹਨ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਰਤਮਾਨ ਸਮੇਂ ਮੁੱਖ ਜੱਜ ਹੈਗੇ ਨੇ ਰਵੀ ਸ਼ੰਕਰ ਚਾ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਨੈਕਸਟ ਨਰੀਂਦਰ ਸਿੰਘ ਤੋਮਰ ਭਾਰਤ ਦੇ ਕਿਹੜੇ ਵਿਭਾਗ ਦੇ ਮੰਤਰੀ ਹਨ ਠੀਕ ਹੈ ਜਿਹੜਾ ਵਿਭਾਗ ਰਿਗਾਰਡਿੰਗ ਕੁਐਸਚਨ ਪੇਪਰ ਵਿੱਚ ਬਣ ਸਕਦਾ ਹੈ ਉਹ ਹੀ ਮੈਂ ਸਿਰਫ ਕੁਐਸਚਨ ਲੈਣੀ ਵੈਸੇ ਤਾਂ ਤੁਹਾਨੂੰ ਪਤਾ ਕਾਫੀ ਵਿਭਾਗ ਬੰਦੇ ਨੇ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਯਾਨੀ ਕਿ ਖੇਤੀ ਅਤੇ ਕਿਸਾਨ ਕਲਿਆਣ ਵਿਭਾਗ ਠੀਕ ਹੈ ਖੇਤੀ ਅਤੇ ਕਿਸਾਨ ਕਲਿਆਣ ਵਿਭਾਗ ਦੇ ਜਿਹੜੇ ਮੰਤਰੀ ਨੇ ਉਹ ਹਨ ਨਰੀਂਦਰ ਸਿੰਘ ਤੋਮਰ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਨੈਕਸਟ ਭਾਰਤ ਦੇ ਨਵੇਂ ਉਪ ਰਾਸ਼ਟਰਪਤੀ ਜਗਦੀਪ ਤਰੰਕੜ ਕਿੰਵੇਂ ਨੰਬਰ ਦੇ ਉਪ ਰਾਸ਼ਟਰਪਤੀ ਹਨ ਠੀਕ ਆ ਆਹ ਕੁਐਸਚਨ ਤੁਹਾਨੂੰ ਪੇਪਰ ਚ ਦੇਖਣ ਨੂੰ ਮਿਲ ਸਕਦਾ ਹੈ ਕੁਐਸਚਨ ਬਣੇਗਾ ਕਿ ਭਾਰਤ ਦੇ ਨਵੇਂ ਉਪ ਰਾਸ਼ਟਰਪਤੀ ਕੌਣ ਹਨ ਤਾਂ ਪੇਪਰ ਵਿੱਚ ਆਨਸਰ ਠੀਕ ਕਰਨਾ ਹੈ ਜਗਦੀਪ ਤਰੰਕੜ ਬਟ ਇਹਦੇ ਨਾਲ ਹੀ ਜੇਕਰ ਕੁਐਸਚਨ ਚੇਂਜ ਹੁੰਦਾ ਹੈ ਕਿ ਭਾਰਤ ਦੇ ਨਵੇਂ ਉਪ ਰਾਸ਼ਟਰਪਤੀ ਕਿੰਵੇਂ ਨੰਬਰ ਦੇ ਰਾਸ਼ਟਰਪਤੀ ਉਪ ਰਾਸ਼ਟਰਪਤੀ ਬਣੇ ਹਨ ਤਾਂ ਪੇਪਰ ਵਿੱਚ ਆਨਸਰ ਚੇਂਜ ਹੋਵੇਗਾ অপਸ਼ਨ ਨੰਬਰ ਡੀ ਯਾਨੀ ਕਿ 14ਵੇਂ ਨੰਬਰ ਦੇ ਉਪ ਰਾਸ਼ਟਰਪਤੀ ਨਿਯੁਕਤ ਕੀਤੇ ਗਏ ਨੇ ਤਾਂ ਡੀ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਭਾਰਤ ਦੀ ਸੁਪਰੀਮ ਕੋਰਟ ਦੇ ਵਰਤਮਾਨ ਸਮੇਂ ਮੁੱਖ ਜੱਜ ਕੌਣ ਹਨ ਤਾਂ ਇੱਥੇ ਸਹੀ ਆਨਸਰ ਬਣੇਗਾ অপਸ਼ਨ ਨੰਬਰ ਡੀ ਯਾਨੀ ਕਿ ਡੀਵਾਈ ਚੰਦਰ ਚੂੜੀ ਠੀਕ ਹੈ ਡੀਵਾਈ ਚੰਦਰ ਚੂੜੀ ਜਿਹੜੇ ਹਨ ਤੁਸੀਂ ਇਹਦਾ ਫੁੱਲ ਨੇਮ ਦੇਖ ਸਕਦੇ ਜੀ ਗੂਗਲ ਤੇ ਸਰਚ ਕਰਕੇ ਤਾਂ ਭਾਰਤ ਦੇ ਸੁਪਰੀਮ ਕੋਰਟ ਦੇ ਵਰਤਮਾਨ ਸਮੇਂ ਮੁੱਖ ਜੱਜ ਹੈਗੇ ਨੇ ਡੀਵਾਈ ਚੰਦਰ ਚੂੜੀ ਆਹ ਕੁਐਸਚਨ ਪੇਪਰ 'ਚ ਤੁਹਾਨੂੰ ਜ਼ਰੂਰ ਹੀ ਦੇਖਣ ਨੂੰ ਮਿਲ ਸਕਦਾ ਹੈ ਇਸ ਤਰ੍ਹਾਂਵਾ 91 ਨੰਬਰ ਦੇ ਜੱਜ ਬਣੇ ਨੇ ਭਾਰਤੀ ਸੁਪਰੀਮ ਕੋਰਟ ਦੇ ਤਾਂ ਇਹ ਟੋਟਲ ਜਿਹੜੇ 50 ਨੰਬਰ ਦੇ ਚਾਜ ਬਣੇ ਨੇ ਠੀਕ ਹੈ ਇਸ ਪੁਆਇੰਟ ਨੂੰ ਵੀ ਤੁਸੀਂ ਧਿਆਨ ਵਿੱਚ ਰੱਖਣਾ ਹੈ ਡੀ ਇੱਥੇ கரੈਕਟ ਆਨਸਰ ਬਣੇਗਾ ਦ੍ਰੋਪਦੀ ਮੁਰਮੂ ਭਾਰਤ ਦੇ ਕਿੰਵੇਂ ਨੰਬਰ ਦੇ ਰਾਸ਼ਟਰਪਤੀ ਬਣੇ ਹਨ ਆਹ ਕੁਸ਼ਨ ਦਾ ਬਹੁਤ ਵਾਰ ਇਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਜਿੰਨੇ ਵੀ ਲਗਭਗ ਕੰਪੀਟਿਟਿਡ ਇਗਜ਼ਾਮ ਹੋਏ ਨੇ ਪੰਜਾਬ ਦੇ ਵਿੱਚ ਤਾਂ ਉਹਨਾਂ ਵਿੱਚ ਇਹ ਕੁਸ਼ਨ ਬਹੁਤ ਵਾਰ ਰਿਪੀਟ ਹੋਇਆ ਹੈ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਯਾਨੀ ਕਿ 15ਵੇਂ ਨੰਬਰ ਦੇ ਠੀਕ ਹੈ ਦ੍ਰੋਪਦੀ ਮੁਰਮੂ ਭਾਰਤ ਦੇ ਕਿੰਵੇਂ ਨੰਬਰ ਦੇ ਰਾਸ਼ਟਰਪਤੀ ਬਣੇ ਨੇ 15ਵੇਂ ਨੰਬਰ ਦੇ ਇਸ ਤਰ੍ਹਾਂ ਭਾਰਤ ਦੀ ਪਹਿਲੀ ਆਦੀਵਾਸੀ ਰਾਸ਼ਟਰਪਤੀ ਕੌਣ ਹੈ ਤਾਂ ਇਹ ਹੈ ਦਰੋਪਦੀ ਮਰਮੂ ਐਂਡ ਭਾਰਤ ਦੀ ਸੈਕਿੰਡ ਮਹਿਲਾ ਰਾਸ਼ਟਰਪਤੀ ਵੀ ਦਰੋਪਦੀ ਮਰਮੂ ਹੈ ਪਹਿਲੀ ਮਹਿਲਾ ਰਾਸ਼ਟਰਪਤੀ ਸੀਗੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਠੀਕ ਹੈ ਇਹ ਦੂਜੇ ਰਾਸ਼ਟਰਪਤੀ ਬਣੇ ਨੇ ਪਹਿਲਾ ਨੈਕਸਟ ਆਪਾਂ ਮੂਵ ਕਰਦੇ ਹਾਂ ਭਾਰਤ ਦੇ ਵਰਤਮਾਨ ਸਮੇਂ ਵਿੱਤ ਮੰਤਰੀ ਕੌਣ ਹਨ ਸੋ ਇਹਦਾ ਆਨਸਰ ਤੁਹਾਨੂੰ ਹਰੇਕ ਵਿਦਿਆਰਥੀ ਨੂੰ ਪਤਾ ਲੱਗਿਆ ਹੋਵੇਗਾ ਤਾਂ ਭਾਰਤ ਦੇ ਵਰਤਮਾਨ ਸਮੇਂ ਦੇ ਵਿੱਚ ਵਿੱਤ ਮੰਤਰੀ ਹੈਗੇ ਨੇ ਨਿਰਮਲਾ ਸੀਤਾਰਮਣ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਨਿਰਮਲਾ ਸੀਤਾਰਮਣ ਨੈਕਸਟ ਭਾਰਤ ਦੇ ਰੱਖਿਆ ਮੰਤਰੀ ਕੌਣ ਹਨ ਸੋ ਭਾਰਤ ਦੇ ਵਰਤਮਾਨ ਸਮੇਂ ਦੇ ਵਿੱਚ ਜਿਹੜੇ ਰੱਖਿਆ ਮੰਤਰੀ ਹਨ ਉਹ ਹਨ ਰਾਜਨਾਥ ਸਿੰਘ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਨੈਕਸਟ ਭਾਰਤ ਦੇ ਵਿਦੇਸ਼ ਮੰਤਰੀ ਹਨ ਐਸ ਜੀ ਜਾ ਸ਼ੰਕਰ ਠੀਕ ਹੈ ਐਸ ਜੀ ਸ਼ੰਕਰ ਜਸਜੈ ਸ਼ੰਕਰ ਹੈਗੇ ਨੇ ਭਾਰਤ ਦੇ ਵਿਦੇਸ਼ ਮੰਤਰੀ ਨੈਕਸਟ ਭਾਰਤ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਕੌਣ ਹਨ ਠੀਕ ਹੈ ਮੁੱਖ ਚੋਣ ਕਮਿਸ਼ਨਰ ਦੀ ਗੱਲ ਕੀਤੀ ਜਾ ਰਹੀ ਹੈ ਸੋ ਇਹ ਵੀ ਕੁਐਸਚਨ ਤੁਹਾਨੂੰ ਪੇਪਰ 'ਚ ਦੇਖਣ ਨੂੰ ਮਿਲ ਸਕਦਾ ਹੈ ਸੋ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਯਾਨੀ ਕਿ ਰਾਜੀਵ ਕੁਮਾਰ ਰਾਜੀਵ ਕੁਮਾਰ ਭਾਰਤ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਬਣੇ ਨੇ ਤਾਂ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਇਸ ਤਰ੍ਹਾਂ ਬਈ ਪੱਤਮੀ ਨੰਬਰ ਦੇ ਚੋਣ ਕਮਿਸ਼ਨਰ ਬਣੇ ਨੇ ਕਿੰਵੇਂ ਨੰਬਰ ਦੇ ਪਛਮੀ ਨੰਬਰ ਦੇ ਤਾਂ ਇਸ ਪੁਆਇੰਟ ਨੂੰ ਵੀ ਤੁਸੀਂ ਧਿਆਨ ਵਿੱਚ ਜਰੂਰ ਰੱਖਣਾ ਹੈ ਨੈਕਸਟ ਪੰਜਾਬ ਦੇ ਵਰਤਮਾਨ ਸਮੇਂ ਸਪੀਕਰ ਕੌਣ ਹਨ ਕੁਲਤਾਰ ਸਿੰਘ ਸੰਧਵਾ ਜੈ ਕ੍ਰਿਸ਼ਨ ਸਿੰਘ ਪ੍ਰਤਾਪ ਸਿੰਘ ਬਾਜਵਾ ਜਾਂ ਹਰਾਜ ਕੁਮਾਰ ਤਾਂ ਪੰਜਾਬ ਦੇ ਵਰਤਮਾਨ ਸਮੇਂ ਦੇ ਵਿੱਚ ਵਿਧਾਨ ਸਭਾ ਦੇ ਜਿਹੜੇ ਸਪੀਕਰ ਨੇ ਉਹਨੇ ਕੁਲਤਾਰ ਸਿੰਘ ਸੰਧਵਾ ਇਹ ਬਿਲਕੁਲ ਸਹੀ ਆਨਸਰ ਬਣੇਗਾ অপਸ਼ਨ ਨੰਬਰ 1 ਗੁਲਤਾਰ ਸਿੰਘ ਸੰਧਵਾ ਜੇਕਰ ਡਿਪਟੀ ਸਪੀਕਰ ਜਾਂ ਉਪ ਸਪੀਕਰ ਪੁੱਛਿਆ ਜਾਣ ਤਾਂ ਪੇਪਰ ਵਿੱਚ ਤੁਸੀਂ ਆਨਸਰ ਟਿੱਕ ਕਰਾਉਣਾ ਹੈ ਜੈ ਕ੍ਰਿਸ਼ਨ ਸਿੰਘ ਠੀਕ ਹੈ ਜੈ ਕ੍ਰਿਸ਼ਨ ਸਿੰਘ ਪੰਜਾਬ ਦੇ ਵਰਤਮਾਨ ਸਮੇਂ ਉਪ ਸਪੀਕਰ ਨੇ ਠੀਕ ਹੈ ਜਦੋਂ ਮੈਂ ਵੀਡੀਓ ਰਿਕਾਰਡ ਕਰ ਰਿਹਾ ਤਾਂ ਉਸ ਸਮੇਂ ਇਹ ਸਪੀਕਰ ਹੈਗੇ ਨੇ ਗੁਲਤਾਰ ਸਿੰਘ ਸੰਧਵਾ ਐਂਡ ਉਪ ਸਪੀਕਰ ਠੀਕ ਹੈ ਵੀਡੀਓ ਦਾ ਡੇਟ ਤੁਸੀਂ ਜ਼ਰੂਰ ਦੇਖਣੀ ਹੈ ਕਿਉਂਕਿ ਕਰੰਟ ਵਾਲਾ ਡਾਟਾ ਚੇਂਜ ਹੁੰਦਾ ਰਹਿੰਦਾ ਹੈ ਨੈਕਸਟ ਜੇਕਰ ਆਪਾਂ ਕੁਐਸਚਨ ਦੀ ਗੱਲ ਕਰੀਏ ਪੰਜਾਬ ਦੇ ਵਰਤਮਾਨ ਸਮੇਂ ਰਾਜਪਾਲ ਕੌਣ ਹਨ ਤਾਂ ਪੰਜਾਬ ਦੇ ਜਿਹੜੇ ਵਰਤਮਾਨ ਸਮੇਂ ਦੇ ਵਿੱਚ ਰਾਜਪਾਲ ਨੇ ਉਹਨੇ ਬਣਵਾਰੀ لال ਪ੍ਰੋਹਿਤ ਠੀਕ ਹੈ ਇਹ ਬਿਲਕੁਲ ਸਹੀ ਆਨਸਰ ਬਣੇਗਾ ਬਣਵਾਰੀ لال ਪ੍ਰੋਹਿਤ ਪੰਜਾਬ ਦੇ ਵਰਤਮਾਨ ਸਮੇਂ ਦੇ ਵਿੱਚ ਰਾਜਪਾਲ ਨੇ ਨੈਕਸਟ ਆਪਣਾ ਕੁਸ਼ਨ ਹੈ ਲੋਕ ਸਭਾ ਦਾ ਨੇਤਾ ਕਿਸ ਨੂੰ ਕਿਹਾ ਜਾਂਦਾ ਹੈ ਸੋ ਤੁਹਾਨੂੰ ਪਤਾ ਹੈ ਲੋਕ ਸਭਾ ਦਾ ਜਿਹੜਾ ਨੇਤਾ ਹੈ ਉਹ ਪ੍ਰਧਾਨ ਮੰਤਰੀ ਨੂੰ ਕਿਹਾ ਜਾਂਦਾ ਹੈ ਤਾਂ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਪ੍ਰਧਾਨ ਮੰਤਰੀ ਠੀਕ ਹੈ ਇਸ ਤਰ੍ਹਾਂ ਵਾਜੇਕਰ ਅਪਨ ਲੋਕ ਸਭਾ ਸਪੀਕਰ ਦੀ ਗੱਲ ਕਰੀਏ ਠੀਕ ਹੈ ਲੋਕ ਸਭਾ ਦਾ ਜਿਹੜਾ ਸਪੀਕਰ ਹੁੰਦਾ ਤਾਂ ਉਹ ਲੋਕ ਸਭਾ ਦੇ ਮੈਂਬਰਾਂ ਦੁਆਰਾ ਹੀ ਚੁਣ ਲਿਆ ਜਾਂਦਾ ਹੈ ਤਾਂ ਇਸ ਪੁਆਇੰਟ ਨੂੰ ਵੀ ਤੁਸੀਂ ਧਿਆਨ ਵਿੱਚ ਰੱਖਣਾ ਹੈ ਨੈਕਸਟ ਭਾਰਤ ਦੇ ਕਿਹੜੇ ਰਾਸ਼ਟਰਪਤੀ ਨੇ ਜੇਬੀ ਸ਼ਕਤੀ ਦਾ ਪ੍ਰਯੋਗ ਕੀਤਾ ਸੀਗਾ ਜਾਨੀ ਕਿ ਪਾਕਟ ਵੀਟੋ ਜਿਹੜੀ ਹੁੰਦੀ ਹੈ ਤਾਂ ਉਹਦਾ ਪ੍ਰਯੋਗ ਕੀਤਾ ਸੀ ਪਾਕਟ ਵੀਟੋ ਵੀਟੋ ਬਾਰੇ ਤੁਹਾਨੂੰ ਵੈਸੇ ਜਾਣਕਾਰੀ ਹੋਵੇਗੀ ਜੇਕਰ ਨਹੀਂ ਤਾਂ ਮੈਂ ਤੁਹਾਨੂੰ ਦੱਸਦਾ ਪਾਕਟ ਵੀਟੋ ਦਾ मीनिंग ਹੁੰਦਾ ਹੈ ਰਾਸ਼ਟਰਪਤੀ ਨੇ ਬਿੱਲ ਦੇ ਪ੍ਰਤੀ ਕੋਈ ਇੱਛਾ ਪ੍ਰਗਟ ਨਾ ਕਰਨਾ ਠੀਕ ਹੈ ਯਾਨੀ ਕਿ ਕਿਸੇ ਜੇਕਰ ਬਿੱਲ ਰਾਸ਼ਟਰਪਤੀ ਕੋਲ ਪਹੁੰਚਦਾ ਹੈ ਤਾਂ ਰਾਸ਼ਟਰਪਤੀ ਜੇਕਰ ਉਹਦੇ ਉੱਪਰ ਸਿਗਨੇਚਰ ਨਹੀਂ ਕਰਦਾ ਉਹ ਬਿੱਲ ਆਪਣੇ ਕੋਲ ਹੀ ਰੱਖ ਲੈਂਦਾ ਤਾਂ ਕਾਫੀ ਲੰਬੇ ਸਮੇਂ ਤੱਕ ਉਹ ਬਿੱਲ ਉਹਨਾਂ ਦੇ ਕੋਲ ਹੀ ਰਹਿੰਦਾ ਰਾਸ਼ਟਰਪਤੀ ਕੋਲ ਤਾਂ ਉਸ ਨੂੰ ਨਾਮ ਦਿੱਤਾ ਜਾਂਦਾ ਹੈ ਜੇਬੀ ਸ਼ਕਤੀ ਜਾਂ ਪੋਕਟ ਵੀਟੋ ਦਾ ਤਾਂ ਭਾਰਤ ਦੇ ਜਿਹੜੇ ਰਾਸ਼ਟਰਪਤੀ ਸੀਗੇ ਗਿਆਨੀ ਜੈਲ ਸਿੰਘ ਠੀਕ ਹੈ ਤਾਂ ਇਹਨਾਂ ਨੇ ਜੇ ਵੀ ਸ਼ਕਤੀ ਦਾ ਪ੍ਰਯੋਗ ਕੀਤਾ ਸੀ ਤਾਂ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਇਹ ਵੀ ਕੁਸ਼ਨ ਇਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਨੈਕਸਟ ਨਾਗਰਿਕਤਾ ਸੰਬੰਧੀ ਕਾਨੂੰਨ ਬਣਾਉਣ ਦਾ ਅਧਿਕਾਰ ਕਿਸ ਕੋਲ ਹੈ ਤੁਹਾਨੂੰ ਪਤਾ ਹੈ ਜਿਹੜੀ ਸਟੀਟਿਜ਼ਨਸ਼ਿਪ ਹੈ ਆਪਣੇ ਭਾਰਤ ਦੇ ਵਿੱਚ ਸਿੰਗਲ ਸਟੀਟਿਜ਼ਨਸ਼ਿਪ ਹੈ ਨਾ ਕਿ ਡੁਅਲ ਐਂਡ ਸਟੀਟਿਜ਼ਨਸ਼ਿਪ ਸੰਬੰਧੀ ਜਾਣਕਾਰੀ ਆਪਾਂ ਬ੍ਰਿਟੇਨ ਦੇਸ਼ ਤੋਂ ਲਈ ਹੈ ਯਾਨੀ ਕਿ ਇੰਗਲੈਂਡ ਤੋਂ ਕਿਉਂਕਿ ਉੱਥੇ ਵੀ ਸਿੰਗਲ ਸਟੀਟਿਜ਼ਨਸ਼ਿਪ ਹੈ ਨਾਗਰਿਕਤਾ ਸੰਬੰਧੀ ਕਾਨੂੰਨ ਬਣਾਉਣ ਦਾ ਜਿਹੜਾ ਅਧਿਕਾਰ ਹੈ ਇਹ ਹੈਗਾ ਸੰਸਦ ਦੇ ਕੋਲ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਸੰਸਦ ਦੇ ਕੋਲ ਠੀਕ ਹੈ ਸਟਰੀਨਸ਼ਿਪ ਸੰਬੰਧੀ ਜਾਣਕਾਰੀ ਕਿਹੜੇ ਭਾਗ ਵਿੱਚ ਮਿਲਦੀ ਹੈ ਭਾਗ ਨੰਬਰ 2 ਵਿੱਚ ਮਿਲਦੀ ਹੈ ਸੰਵਿਧਾਨ ਦੇ ਭਾਗ 2 ਵਿੱਚ ਨੈਕਸਟ ਕਿਹੜੇ ਅਨੁਛੇਦ ਦਾ ਸਬੰਧ ਵਿੱਤੀ ਅਪਾਤ ਕਾਲ ਨਾਲ ਹੈ ਠੀਕ ਹੈ ਵਿੱਤੀ ਅਪਾਤ ਕਾਲ ਤਾਂ ਇੱਥੇ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀ یعنی ਕਿ ਆਰਟੀਕਲ 360 ਠੀਕ ਹੈ ਆਰਟੀਕਲ 360 ਦੇ ਤਹਿਤ ਭਾਰਤ ਦੇ ਵਿੱਚ ਵਿੱਤੀ ਪਾਤਕਾਲ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ ਬਟ ਹੁਣ ਤੱਕ ਭਾਰਤ ਦੇ ਵਿੱਚ ਇੱਕ ਵਾਰ ਵੀ ਵਿੱਤੀ ਪਾਤਕਾਲ ਦੀ ਘੋਸ਼ਣਾ ਨਹੀਂ ਕੀਤੀ ਗਈ ਜਦੋਂ ਆਰਥਿਕ ਮੰਦੀ ਆਉਂਦੀ ਹੈ ਤਾਂ ਉਸ ਸਮੇਂ ਵਿੱਤੀ ਪਾਤਕਾਲ ਦੀ ਘੋਸ਼ਣਾ ਕੀਤੀ ਜਾਂਦੀ ਹੈ ਤਾਂ ਸੀ ਇੱਥੇ கரੈਕਟ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਠੀਕ ਹੈ ਵਿੱਤੀ ਪਾਤਕਾਲ ਦੀ ਘੋਸ਼ਣਾ ਕੌਣ ਕਰਦਾ ਹੈ ਭਾਰਤ ਦਾ ਰਾਸ਼ਟਰਪਤੀ ਰਾਸ਼ਟਰਪਤੀ ਸ਼ਾਸਨ ਦੀ ਵੀ ਘੋਸ਼ਣਾ ਪਾਰ ਦਾ ਰਾਸ਼ਟਰਪਤੀ ਕਰਦਾ ਐਡਾ ਰਾਸ਼ਟਰੀ ਪਾਤਕਲ ਦੀ ਘੋਸ਼ਣਾ ਵੀ ਪਾਰ ਦਾ ਰਾਸ਼ਟਰਪਤੀ ਹੀ ਕਰਦਾ ਹੈ ਆਰਟੀਕਲ 3 56 ਦੇ ਤਹਿਤ ਯਾਨੀ ਕਿ ਆਰਟੀਕਲ 356 ਦੇ ਤਹਿਤ ਕਿਸੇ ਵੀ ਰਾਜ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਦੀ ਘੋਸ਼ਣਾ ਕੀਤੀ ਜਾਂਦੀ ਹੈ ਨੈਕਸਟ ਸੰਵਿਧਾਨ ਸੰਸ਼ੋਧਨ ਬਿੱਲ ਪਹਿਲਾ ਕਿਹੜੇ ਸਦਨ ਵਿੱਚ ਪੇਸ਼ ਕੀਤਾ ਜਾਂਦਾ ਹੈ ਹਾਂਜੀ ਸੰਵਿਧਾਨ ਦੇ ਵਿੱਚ ਸੰਸ਼ੋਧਨ ਸੰਬੰਧੀ ਜਿਹੜੀ ਜਾਣਕਾਰੀ ਹੈ ਉਹ ਆਪਾਂ ਲਈ ਹੈ ਦੱਖਣੀ ਅਫਰੀਕਾ ਤੋਂ ਐਂਡ ਆਰਟੀਕਲ 368 ਦੇ ਤਹਿਤ ਸੰਵਿਧਾਨ ਦੇ ਵਿੱਚ ਸੰਸ਼ੋਧਨ ਕੀਤਾ ਜਾ ਸਕਦਾ ਹੈ ਤਾਂ ਇੱਥੇ ਸਹੀ ਆਨਸਰ ਬਣੇਗਾ ਉਪਰੋਕਤ ਵਿੱਚੋਂ ਕੋਈ ਵੀ ਯਾਨੀ ਕਿ ਆਪ অপਸ਼ਨ ਸੀ ਆਨਸਰ ਸਹੀ ਬਣੇਗਾ ਸੰਵਿਧਾਨ ਦੇ ਵਿੱਚ ਬਿੱਲ ਜਿਹੜਾ ਉਹ ਪਹਿਲਾਂ ਕਿਸੇ ਵੀ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਲੋਕ ਸਭਾ ਵਿੱਚ ਵੀ ਐਂਡ ਰਾਜ ਸਭਾ ਵਿੱਚ ਵੀ ਨੈਕਸਟ ਕਿਹੜੇ ਅਨੁਸ਼ੇਦ ਦੇ ਤਹਿਤ ਰਾਜਪਾਲ ਦੁਆਰਾ ਅਧਿਆਦੇਸ਼ ਜਾਰੀ ਕੀਤਾ ਜਾ ਸਕਦਾ ਹੈ ਆਰਡੀਨੈਂਸ ਠੀਕ ਹੈ ਔਡੀਐਂਸ ਤੁਹਾਨੂੰ ਪਤਾ ਹੈ ਇਹਦੀ ਮੈਕਸੀਮਮ ਮੈਕਸੀਮਮ ਜਿਹੜਾ ਇਹਦਾ ਸਮਾਂ ਹੁੰਦਾ ਹੈ ਉਹ ਹੁੰਦਾ ਹੈ 6 ਮਹੀਨਿਆਂ ਤੱਕ ਠੀਕ ਹੈ ਐਮਰਜੈਂਸੀ ਦੇ ਵੇਲੇ ਕੋਈ ਬਿੱਲ ਬਣਾਉਣਾ ਹੋਵੇ ਠੀਕ ਹੈ ਜਾਂ ਕਾਨੂੰਨ ਲਾਗੂ ਕਰਨਾ ਹੋਵੇ ਤਾਂ ਉਸ ਨੂੰ ਨਾਮ ਦਿੱਤਾ ਜਾਂਦਾ ਆਰਡੀਨੈਂਸ ਦਾ ਤਾਂ ਆਰਟੀਕਲ 213 ਦੇ ਤਹਿਤ ਰਾਜਪਾਲ ਦੁਆਰਾ ਅਧਿਆਦੇਸ਼ ਜਾਰੀ ਕੀਤਾ ਜਾ ਸਕਦਾ ਹੈ ਤਾਂ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਨੈਕਸਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਥਾਪਨਾ ਕਦੋਂ ਕੀਤੀ ਗਈ ਸੀਗੀ ਤਾਂ ਪੰਜਾਬ ਅਤੇ ਹਰਿਆਣਾ ਜਿਹੜੀ ਹਾਈ ਕੋਰਟ ਹੈ ਇਹ ਹੋਂਦ ਦੇ ਵਿੱਚ ਆਉਂਦੀ ਹੈ 1966 ਦੇ ਵਿੱਚ ਬੀ ਬਿਲਕੁਲ ਸਹੀ ਆਸਰ ਬਣੇਗਾ ਆਪਸ਼ਨ ਨੰਬਰ ਬੀ ਇਸ ਤਰ੍ਹਾਂ ਪੰਜਾਬ ਦੀ ਕੈਪੀਟਲ ਚੰਡੀਗੜ੍ਹ ਵੀ 1966 ਵਿੱਚ ਬਣੀ ਹੈ ਕਦੋਂ ਬਣੀ ਹੈ 1966 ਦੇ ਵਿੱਚ ਨੈਕਸਟ ਵਿਧਾਨ ਸਭਾ ਨੂੰ ਪੰਗ ਕਰਨ ਦਾ ਹੱਕ ਕਿਸ ਕੋਲ ਹੈ ਹਾਂਜੀ ਜਦੋਂ ਐਦਾਂ ਦਾ ਕੁਐਸਚਨ ਬਣ ਜੇ ਪੇਪਰ ਵਿੱਚ ਤਾਂ ਕੁਐਸਚਨ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਹੈ ਆਪਸ਼ਨਾਂ ਵੀ ਤੁਸੀਂ ਧਿਆਨ ਨਾਲ ਦੇਖਣੀਆਂ ਨੇ ਫਿਰ ਆਨਸਰ ਟਿੱਕ ਕਰਨਾ ਹੈ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ A ਯਾਨੀ ਕਿ ਰਾਜਪਾਲ ਮੁੱਖ ਮੰਤਰੀ ਦੀ ਸਲਾਹ ਤੇ ਵਿਧਾਨ ਸਭਾ ਨੂੰ ਪੰਗ ਕਰ ਸਕਦਾ ਹੈ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ A ਵੈਸੇ ਵੀ ਤੁਹਾਨੂੰ ਪਤਾ ਹੈ ਜੇਕਰ ਵਿਧਾਨ ਸਭਾ ਦੇ ਵਿੱਚ ਬਹੁਮਤ ਬਹੁਮਤ ਖਤਮ ਹੋ ਜਾਵੇ ਠੀਕ ਹੈ ਰਾਜ ਸਰਕਾਰ ਬਣਾਉਣ ਦਾ ਜਿਹੜਾ ਬਹੁਮਤ ਹੁੰਦਾ ਹੈ ਉਹ ਖਤਮ ਹੋ ਜਾਵੇ ਤਾਂ ਤਾਂ ਵੀ ਵਿਧਾਨ ਸਭਾ ਪੰਗ ਹੋ ਜਾਂਦੀ ਹੈ ਇਹ ਇੱਥੇ கரੈਕਟ ਆਨਸਰ ਬਣੇਗਾ ਚੋਣ ਕਮਿਸ਼ਨ ਦੀ ਜਾਣਕਾਰੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਆਪਾਂ ਨੂੰ ਮਿਲਦੀ ਹੈ 14 15 16 ਜਾਂ 17 ਤਾਂ ਚੋਣ ਕਮਿਸ਼ਨ ਦੀ ਜਾਣਕਾਰੀ ਸੰਵਿਧਾਨ ਦੇ ਭਾਗ 15 ਵਿੱਚ ਮਿਲਦੀ ਹੈ ਬੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਨੈਕਸਟ ਜ਼ਿਲ੍ਹਾ ਜੱਜ ਦੀ ਨਿਯੁਕਤੀ ਕਿਸ ਦੁਆਰਾ ਕੀਤੀ ਜਾਂਦੀ ਹੈ ਜ਼ਿਲ੍ਹਾ ਜੱਜ ਦੀ ਸੁਪਰੀਮ ਕੋਰਟ ਦਾ ਮੁੱਖ ਜੱਜ ਮੁੱਖ ਮੰਤਰੀ ਹਾਈ ਕੋਰਟ ਦਾ ਮੁੱਖ ਜੱਜ ਜਾਂ ਰਾਜਪਾਲ ਤਾਂ ਜਿਹੜਾ ਜ਼ਿਲ੍ਹਾ ਜੱਜ ਹੁੰਦਾ ਉਸ ਦੀ ਨਿਯੁਕਤੀ ਕੀਤੀ ਜਾਂਦੀ ਹੈ ਰਾਜਪਾਲ ਦੁਆਰਾ ਡੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਰਾਜਪਾਲ ਨੈਕਸਟ ਵਿਧਾਨ ਪਰਿਸ਼ਦ ਸਧਾਰਨ ਬਿੱਲ ਨੂੰ ਕਿੰਨਾ ਸਮਾਂ ਰੋਕ ਕੇ ਰੱਖ ਸਕਦੀ ਹੈ ਹਾਂਜੀ ਇੱਥੇ ਗੱਲ ਕੀਤੀ ਜਾ ਰਹੀ ਹੈ ਵਿਧਾਨ ਪਰਿਸ਼ਦ ਦੀ ਤਾਂ ਵਿਧਾਨ ਪਰਿਸ਼ਦ ਸਧਾਰਨ ਬਿੱਲ ਨੂੰ ਕੁੱਲ 4 ਮਹੀਨਿਆਂ ਤੱਕ ਆਪਣੇ ਕੋਲ ਰੱਖ ਸਕਦੀ ਹੈ ਇਸ ਤੋਂ ਬਾਅਦ ਨਹੀਂ ਡੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਠੀਕ ਹੈ ਇਹਨਾਂ ਦਾ ਕਾਰਜਕਾਲ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਇਹਨਾਂ ਦਾ ਕਾਰਜਕਾਲ ਹੁੰਦਾ ਹੈ 6 ਸਾਲਾਂ ਦਾ ਬਟ ਵਿਧਾਨ ਸਭਾ ਦਾ ਕਾਰਜਕਾਲ ਹੁੰਦਾ ਹੈ 5 ਸਾਲਾਂ ਦਾ ਐਂਡ ਵਿਧਾਨ ਸਭਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ ਨਿਸ਼ਚਿਤ ਕੀਤੀ ਗਈ ਹੈ 25 ਸਾਲ ਠੀਕ ਹੈ 25 ਸਾਲ। ਵਿਦਾਨ ਸਭਾ ਤੇ ਕਾਰਜਕਾਲ ਹੋਵੇਗਾ 5 ਸਾਲ ਦਾ। ਨੈਕਸਟ ਦਿੱਲੀ ਅਤੇ ਹਿਸਾਰ ਨੂੰ ਪੰਜਾਬ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ ਸੀ? 1859, 11, 57 ਜਾਂ 1911। ਤਾਂ ਦਿੱਲੀ ਅਤੇ ਹਿਸਾਰ ਨੂੰ ਪੰਜਾਬ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ 1857 ਦੇ ਵਿੱਚ। ਸੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ 옵ਸ਼ਨ ਨੰਬਰ ਸੀ। ਇਸ ਤੋਂ ਇਲਾਵਾ ਆਪਣੇ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ ਸੀ? ਇਹ ਕੁਐਸ਼ਨ ਤਾਂ ਫੇਵਰੇਟ ਹੈ ਪੰਜਾਬ ਦਾ 29 ਮਾਰਚ ਠੀਕ ਹੈ। 29 ਮਾਰਚ 1849 ਈਸਵੀ ਨੂੰ ਆਪਣੇ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਜਾਂ ਐਡ ਕੀਤਾ ਗਿਆ ਸੀ ਤਾਂ ਇਸ ਗੱਲ ਨੂੰ ਵੀ ਤੁਸੀਂ ਧਿਆਨ ਵਿੱਚ ਰੱਖਣਾ ਹੈ ਨੈਕਸਟ ਕਿਹੜੇ ਦੁਆਬ ਨੂੰ ਮਾਝਾ ਵੀ ਕਿਹਾ ਜਾਂਦਾ ਹੈ ਬਾਰੀ ਦੁਆਬ ਸਿੰਧ ਸਾਕਰ ਦੁਆਬ ਚਾਜ ਦੁਆਬ ਜਾਂ ਹਰਚਨਾ ਦੁਆਬ ਤਾਂ ਮਾਝਾ ਕਿਹਾ ਜਾਂਦਾ ਹੈ ਮਾਝੇ ਦੇ ਵਿੱਚ ਟੋਟਲ ਤੁਹਾਨੂੰ ਪਤਾ ਹੈ ਚਾਰ ਡਿਸਟ੍ਰਿਕਟ ਆਉਂਦੇ ਨੇ ਆਪਣੇ ਪੰਜਾਬ ਦੇ ਤਾਂ ਮਾਝਾ ਕਿਹਾ ਜਾਂਦਾ ਹੈ ਬਾਰੀ ਦੁਆਬ ਨੂੰ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਬਾਰੀ ਦੁਆਬ ਨੈਕਸਟ ਪੰਜਾਬ ਵਿੱਚ ਹਮਲਾ ਕਰਨ ਲਈ ਕਿਹੜੇ ਦਰੇ ਨੂੰ ਪਾਰ ਕਰਨਾ ਪੈਂਦਾ ਸੀਗਾ ਹਾਂਜੀ ਜਦੋਂ ਕੋਸ਼ਣ ਬਣ ਜੇ ਕਿ ਕਿਸੇ ਵੀ ਰਾਜੇ ਬਾਰੇ ਪੁੱਛਿਆ ਜਾਵੇ ਸਿਕੰਦਰ ਬਾਰੇ ਪੁੱਛਿਆ ਜਾਵੇ ਠੀਕ ਹੈ ਅਹਿਮਦ ਸ਼ਾਹ ਅਬਦਾਲੀ ਬਾਰੇ ਪੁੱਛਿਆ ਜਾਵੇ ਬਾਬਰ ਬਾਰੇ ਪੁੱਛਿਆ ਜਾਵੇ ਕਿ ਇਸ ਨੇ ਕਿਹੜੇ ਦਰੇ ਨੂੰ ਪਾਰ ਕਰਕੇ ਪੰਜਾਬ ਤੇ ਹਮਲਾ ਕੀਤਾ ਸੀ ਹਮੇਸ਼ਾ ਹੀ ਆਨਸਰ 1 ਕੋ ਬਣੇਗਾ ਖੈਬਰ ਦਰਾ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਖੈਬਰ ਦਰਾ ਠੀਕ ਹੈ ਇਹ ਕੋਸ਼ਣ ਬਹੁਤ ਵਾਰ ਐਗਜ਼ਾਮ ਦੇ ਵਿੱਚ ਵੀ ਰਿਪੀਟ ਹੁੰਦਾ ਹੈ ਅਕਬਰ ਦੇ ਸਮੇਂ ਪੰਜਾਬ ਨੂੰ ਕੀ ਨਾਮ ਦਿੱਤਾ ਗਿਆ ਸੀਗਾ ਠੀਕ ਹੈ ਅਕਬਰ ਨੇ ਹੀ ਪੰਜਾਬ ਨੂੰ ਦੁਆਬਿਆਂ ਦੇ ਵਿੱਚ ਵੰਡਿਆ ਸੀਗਾ ਐਂਡ ਅਕਬਰ ਦੇ ਸਮੇਂ ਪੰਜਾਬ ਨੂੰ ਨਾਮ ਦਿੱਤਾ ਜਾਂਦਾ ਸੀ ਲਾਹੌਰ ਸੂਬਾ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ A ਜੇਕਰ ਐਦਾਂ ਕੁਐਸਚਨ ਬਣ ਜੇ ਕਿ ਮੁਗਲ ਸਾਮਰਾਜ ਦੇ ਸਮੇਂ ਪੰਜਾਬ ਨੂੰ ਕੀ ਨਾਮ ਦਿੱਤਾ ਗਿਆ ਸੀ ਤਾਂ ਉਸ ਸਮੇਂ ਵੀ ਸੂਬਾਏ ਲਾਹੌਰ ਹੀ ਕਿਹਾ ਜਾਂਦਾ ਸੀ ਆਪਣੇ ਪੰਜਾਬ ਨੂੰ ਇਹ ਇੱਥੇ ਕਰੈਕਟ ਆਨਸਰ ਬਣੇਗਾ ਠੀਕ ਹੈ ਸੇਕਿਆ ਸੌਰੀ ਸੇਕਿਆ ਕਿਸ ਨੇ ਨਾਮ ਦਿੱਤਾ ਸੀਗਾ ਪੰਜਾਬ ਨੂੰ ਹਿਉਂਗਸੰਗ ਨੇ ਠੀਕ ਹੈ ਹਿਉਂਗਸੰਗ ਨੇ ਸੇਕਿਆ ਨਾਮ ਦਿੱਤਾ ਸੀ ਪੰਜਾਬ ਨੂੰ ਨੈਕਸਟ ਪੁਰਾਣੇ ਪੰਜਾਬ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਸਨ ਯਾਨੀ ਕਿ ਜਦੋਂ ਪਾਕਿਸਤਾਨ ਤੇ ਪੰਜਾਬ ਇਕੱਠੇ ਸਨ ਤਾਂ ਉਸ ਸਮੇਂ ਟੋਟਲ ਕਿੰਨੇ ਜ਼ਿਲ੍ਹੇ ਸੀ ਇਹ ਆਪਣੇ ਕੋਲ ਕੁਸ਼ਣ ਪੁੱਛਿਆ ਗਿਆ ਹੈ ਹਾਂਜੀ ਪੁਰਾਣੇ ਪੰਜਾਬ ਦੇ ਵਿੱਚ ਕੁੱਲ ਜ਼ਿਲ੍ਹੇ ਸਨ 29 ਬੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ 29 ਜ਼ਿਲ੍ਹੇ ਸਨ ਇਸ ਤਰ੍ਹਾਂ ਬਜਦੋਂ 1947 ਦੇ ਵਿੱਚ ਵੰਡ ਹੁੰਦੀ ਹੈ ਠੀਕ ਹੈ ਤਾਂ ਜਦੋਂ ਪੂਰਬੀ ਪੰਜਾਬ ਹੋਂਦ ਵਿੱਚ ਆਉਂਦਾ ਤਾਂ ਉਦੋਂ ਸੋਨਾ ਜ਼ਿਲ੍ਹੇ ਪੱਛਮੀ ਪੰਜਾਬ ਨੂੰ ਮਿਲੇ ਸੀ ਯਾਨੀ ਕਿ ਪਾਕਿਸਤਾਨ ਨੂੰ ਮਿਲੇ ਸਨ ਐਂਡ 13 ਜ਼ਿਲ੍ਹੇ ਆਪਣੇ ਪੰਜਾਬ ਨੂੰ ਮਿਲੇ ਸੀ ਯਾਨੀ ਕਿ ਪੂਰਬੀ ਪੰਜਾਬ ਨੂੰ ਮਿਲੇ ਸਨ ਤਾਂ ਇਸ ਗੱਲ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਇਹ ਵੀ ਕੁਸ਼ਨ ਇਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਨੈਕਸਟ ਹਿੰਦੀ 파ਰਥੀ ਰਾਜਾਂ ਦੇ ਸਮੇਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ ਮੁਲਤਾਨ ਲਾਹੌਰ ਰਾਵਲਪਿੰਡੀ ਜਾਂ ਸਿਆਲਕੋਟ ਤਾਂ ਹਿੰਦੀ 파ਰਥੀ ਰਾਜਾਂ ਦੇ ਸਮੇਂ ਪੰਜਾਬ ਦੀ ਜਿਹੜੀ ਕੈਪੀਟਲ ਸੀਗੀ ਉਹ ਸੀਗੀ ਸਿਆਲਕੋਟ ਠੀਕ ਹੈ ਸਿਆਲਕੋਟ ਨੂੰ ਸਾਕਲਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸਾਕਲਾ ਸੋ ਇਹ ਕੁਐਸਚਨ ਤੁਹਾਡੀ ਬੁੱਕ ਵਿੱਚ ਇਨਕਲੂਡ ਕੀਤਾ ਗਿਆ ਸੋ ਧਿਆਨ ਵਿੱਚ ਰੱਖਣਾ ਹੈ ਕੁਐਸਚਨ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਤਾਂ ਡੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਨੈਕਸਟ ਭਾਰਤੀ ਸੰਵਿਧਾਨ ਦੇ ਵਿੱਚ ਸੰਸਦ ਦੇ ਵਿਸ਼ੇਸ਼ ਅਧਿਕਾਰ ਦੀ ਜਾਣਕਾਰੀ ਆਪਾਂ ਕਿਹੜੇ ਦੇਸ਼ ਤੋਂ ਲਈ ਹੈ ਠੀਕ ਹੈ ਇੱਥੇ ਡੀ ਆਵੇਗਾ ਬ੍ਰਿਟੇਨ ਫ੍ਰਾਂਸ ਦੱਖਣੀ ਅਫਰੀਕਾ ਜਾਂ ਸੋਵੀਅਤ ਸੰਘ ਯਾਨਕੀ ਰੂਸ ਤਾਂ ਭਾਰਤੀ ਸੰਵਿਧਾਨ ਵਿੱਚ ਸੰਸਦ ਦੇ ਵਿਸ਼ੇਸ਼ ਅਧਿਕਾਰ ਦੀ ਆਪਾਂ ਜਾਣਕਾਰੀ ਲਈਆ ਬ੍ਰਿਟੇਨ ਦੇਸ਼ ਤੋਂ ਤਾਂ ਇੱਥੇ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਬ੍ਰਿਟੇਨ ਦੇਸ਼ ਤਾਂ ਸੰਵਿਧਾਨ ਦੇ ਸਰੋਤਾ ਸੰਬੰਧੀ ਆਪਾਂ ਗੱਲ ਕਰ ਲੈਂਦੇ ਆ ਅੱਜ ਇੱਕ ਮੈਂ ਤੁਹਾਨੂੰ ਪੁਆਇੰਟ ਦੱਸਣਾ ਚਾਹੁੰਦਾ ਜਿਹੜਾ ਆਪਣਾ 1935 ਵਾਲਾ ਐਕਟ ਸੀਗਾ ਠੀਕ ਹੈ 1935 ਦੇ ਜਿਹੜਾ ਐਕਟ ਸੀਗਾ ਤਾਂ ਉੱਥੋਂ ਆਪਾਂ ਆਪਣੇ ਸੰਵਿਧਾਨ ਵਿੱਚ ਸਭ ਤੋਂ ਵੱਧ ਸਰੋਤ ਲੈਣੇ 1935 ਦੇ ਐਕਟ ਤੋਂ ਨੈਕਸਟ ਜੇਕਰ ਆਪਾਂ ਗੱਲ ਕਰੀਏ ਗਨਤੰਤਰ ਦੀ ਵਿਵਸਥਾ ਆਪਾਂ ਲਈਆ ਫਰਾਂਸ ਦੇਸ਼ ਤੋਂ ਕਾਨੂੰਨ ਪਾਸ ਕਰਨ ਦੀ ਵਿਧੀ ਲਈਆ ਬ੍ਰਿਟੇਨ ਤੋਂ ਸੰਗੀਟਾਂਚਾ ਲਿਆ ਕੈਨੇਡਾ ਤੋਂ ਸੁਪਰੀਮ ਕੋਰਟ ਦੀ ਬਣਤਰ ਤੇ ਸ਼ਕਤੀਆਂ ਇਹ ਆਪਾਂ ਅਮਰੀਕਾ ਦੇਸ਼ ਤੋਂ ਲਈਆਂ ਨੇ ਰਾਸ਼ਟਰਪਤੀ ਦੀ ਪੋਸਟ ਦੀ ਜਾਣਕਾਰੀ ਵੀ ਆਪਾਂ ਅਮਰੀਕਾ ਦੇਸ਼ ਤੋਂ ਲਈ ਹੈ ਐਂਡ ਉਪਰਾਸ਼ਟਰਪਤੀ ਦੀ ਪਦਵੀ ਦੀ ਜਾਣਕਾਰੀ ਵੀ ਆਪਾਂ ਅਮਰੀਕਾ ਦੇਸ਼ ਤੋਂ ਲਈ ਹੈ ਐਂਡ ਰਾਸ਼ਟਰਪਤੀ ਉੱਪਰ ਮਾਂਦੋਸ਼ ਲਾਉਣ ਦੀ ਪ੍ਰਕਿਰਿਆ ਸੰਬੰਧੀ ਜਾਣਕਾਰੀ ਵੀ ਆਪਾਂ ਅਮਰੀਕਾ ਦੇਸ਼ ਤੋਂ ਲਈ ਹੈ। ਮੂਲ ਅਧਿਕਾਰਾਂ ਸੰਬੰਧੀ ਵੀ ਆਪਾਂ ਜਾਣਕਾਰੀ ਅਮਰੀਕਾ ਦੇਸ਼ ਤੋਂ ਹੀ ਲਈ ਹੈ। ਨੈਕਸਟ ਕਾਨੂੰਨ ਦਾ ਸ਼ਾਸਨ ਆਪਾਂ ਬ੍ਰਿਟੇਨ ਦੇਸ਼ ਤੋਂ ਲਿਆ ਹੈ। ਸੰਵਿਧਾਨ ਵਿੱਚ ਸੋਧ ਕਰਨ ਸੰਬੰਧੀ ਜਾਣਕਾਰੀ ਆਪਾਂ ਦੱਖਣੀ ਅਫਰੀਕਾ ਤੋਂ ਲਈ ਹੈ ਐਂਡ ਜਿਹੜਾ ਆਪਣੇ ਸਵਿਤਾਣ ਦੇ ਵਿੱਚ ਠੀਕ ਹੈ ਐਮਰਜੈਂਸੀ ਦੀ ਪਾਵਰ ਹੈਗੀ ਉਹ ਆਪਾਂ ਜਰਮਨੀ ਦੇਸ਼ ਤੋਂ ਲਈ ਹੈ। ਠੀਕ ਹੈ ਸੋ ਇਹ ਸੀਗੇ ਕੁਝ ਪੁਆਇੰਟ ਤਾਂ ਇਹਨਾਂ ਨੂੰ ਤੁਸੀਂ ਨੋਟ ਕਰ ਲੈਣਾ ਜੇਕਰ ਤੁਹਾਨੂੰ ਨਹੀਂ ਪਤਾ ਸੀ ਜਿਹੜੀ ਚੀਜ਼ ਤੁਹਾਨੂੰ ਨਹੀਂ ਪਤਾ ਹੁੰਦਾ ਤਾਂ ਪਲੀਜ਼ ਨੋਟ ਤੁਸੀਂ ਜ਼ਰੂਰ ਕਰਨਾ ਹੈ ਨੈਕਸਟ ਹੇਠ ਲਿਖਾਂ ਦੇ ਵਿੱਚੋਂ ਕਿਹੜੇ ਦੇਸ਼ ਵਿੱਚ ਦੇਸ਼ ਦਾ ਮੁਖੀ ਰਾਜਾ ਹੁੰਦਾ ਹੈ ਕੈਨੇਡਾ ਆਸਟ੍ਰੇਲੀਆ ਨਾਰਵੇ ਜਾਂ ਫਰਾਂਸ ਤਾਂ ਜਿਹੜਾ ਦੇਸ਼ ਨਾਰਵੇ ਹੈਗਾ ਤਾਂ ਇੱਥੋਂ ਦਾ ਮੁਖੀ ਰਾਜਾ ਹੁੰਦਾ ਹੈ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਠੀਕ ਹੈ ਭਾਰਤ ਫਰਾਂਸ ਅਤੇ ਆਸਟ੍ਰੇਲੀਆ ਦੇਸ਼ ਵਿੱਚ ਰਾਸ਼ਟਰਪਤੀ ਦੇਸ਼ ਦਾ ਮੁਖੀ ਹੁੰਦਾ ਹੈ ਕੈਨੇਡਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਗਵਰਨਰ ਦੇਸ਼ ਦਾ ਮੁਖੀ ਹੁੰਦਾ ਇਸ ਤਰ੍ਹਾਂ ਜਾਪਾਨ ਹੋ ਗਿਆ ਇੰਗਲੈਂਡ ਹੋ ਗਿਆ ਡੈਨਮਾਰਕ ਹੋ ਗਿਆ ਹਾਲੈਂਡ ਹੋ ਗਿਆ ਸਵੀਡਨ ਹੋ ਗਿਆ ਤਾਂ ਇੱਥੋਂ ਦੇ ਮੁਖੀ ਹੁੰਦੇ ਨੇ ਰਾਜਾ ਜਾਂ ਰਾਣੀ ਠੀਕ ਹੈ ਤਾਂ ਸਾਰੇ ਇੱਥੇ ਦੇਸ਼ ਮੈਂਸ਼ਨ ਕੀਤੇ ਹੋਏ ਨੇ ਸਾਰਿਆਂ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਭਾਰਤ ਦੇ ਰਾਜ ਉੱਤਰ ਪ੍ਰਦੇਸ਼ ਵਿੱਚ ਲੋਕ ਸਭਾ ਸੀਟਾਂ ਦੀ ਕੁੱਲ ਗਿਣਤੀ ਕਿੰਨੀ ਹੈ ਕਿ ਲੋਕ ਸਭਾ ਸੀਟਾਂ ਦੀ ਸਭ ਤੋਂ ਵੱਧ ਗਿਣਤੀ ਵੀ ਤੁਹਾਨੂੰ ਪਤਾ ਹੈ ਉੱਤਰ ਪ੍ਰਦੇਸ਼ ਦੇ ਵਿੱਚ ਹੈ ਵਿਧਾਨ ਸਭਾ ਸੀਟਾਂ ਦੀ ਸਭ ਤੋਂ ਵੱਧ ਗਿਣਤੀ ਉੱਤਰ ਪ੍ਰਦੇਸ਼ ਵਿੱਚ ਹੈ ਐਂਡ ਇੱਥੇ ਜੇਕਰ ਆਪਾਂ ਗੱਲ ਕਰੀਏ ਰਾ ਸਭਾ ਰਾ ਸਭਾ ਵਿਧਾਨ ਸਭਾ ਲੋਕ ਸਭਾ ਤਿੰਨਾਂ ਸੀਟਾਂ ਦੀ ਗਿਣਤੀ ਸਭ ਤੋਂ ਵੱਧ ਕਿੱਥੇ ਹੈ ਉੱਤਰ ਪ੍ਰਦੇਸ਼ ਵਿੱਚ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਯਾਨਕੀ 80 ਠੀਕ ਹੈ ਭਾਰਤ ਦੇ ਰਾਜ ਉੱਤਰ ਪ੍ਰਦੇਸ਼ ਵਿੱਚ ਲੋਕ ਸਭਾ ਸੀਟਾਂ ਦੀ ਗਿਣਤੀ ਹੈਗੀ ਆ 80 ਬੀ ਕਰੈਕਟ ਆਨਸਰ ਬਣੇਗਾ ਨੈਕਸਟ ਰਾਜ ਸਭਾ ਦੇ ਕਿੰਨੇ ਮੈਂਬਰ ਹਰ ਦੂਜੇ ਸਾਲ ਰਿਟਾਇਰ ਹੁੰਦੇ ਹਨ 1/2 1/3 1/4 ਜਾਂ 1/5 ਤਾਂ ਰਾਜ ਸਭਾ ਦੇ ਹਰ ਦੂਜੇ ਸਾਲ 1/3 ਮੈਂਬਰ ਰਿਟਾਇਰ ਹੁੰਦੇ ਨੇ ਤਾਂ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਨੈਕਸਟ ਕਿਸ ਦੇ ਦਸਤਖਤ ਦਸਤਖਤ ਤੋਂ ਬਿਨਾ ਕੋਈ ਵੀ ਬਿੱਲ ਕਾਨੂੰਨ ਨਹੀਂ ਬਣ ਸਕਦਾ ਹਾਂਜੀ ਤੁਹਾਨੂੰ ਪਤਾ ਹੈ ਰਾਸ਼ਟਰਪਤੀ ਦੇ ਸਿਗਨੇਚਰ ਤੋਂ ਬਿਨਾ ਕੋਈ ਵੀ ਬਿੱਲ ਕਾਨੂੰਨ ਨਹੀਂ ਬਣ ਸਕਦਾ ਤਾਂ ਬੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਰਾਸ਼ਟਰਪਤੀ ਨੂੰ ਪਾਰ ਦਾ ਪਹਿਲਾ ਨਾਗਰੀਕ ਵੀ ਗਿਆ ਜਾਂਦਾ ਐਂਡ ਰਾਸ਼ਟਰਪਤੀ ਨੂੰ ਠੀਕ ਹੈ ਰਾਸ਼ਟਰਪਤੀ ਸੰਬੰਧੀ ਜੇਕਰ ਆਪਾਂ ਗੱਲ ਕਰੀਏ ਤਾਂ ਰਾਸ਼ਟਰਪਤੀ ਦੇਸ਼ ਦਾ ਨਾ માત્ર ਮੁਖੀ ਵੀ ਅਖਵਾਉਂਦਾ ਹੈ ਵੀਡੀਓ ਦਾ ਲਾਸਟ ਕੁਐਸਚਨ ਦੇਖਦੇ ਹਾਂ ਮੰਤਰੀਆਂ ਦੇ ਵਿਪਾਕਾਂ ਵਿੱਚ ਅਦਲਾ ਬਦਲੀ ਕੌਣ ਕਰ ਸਕਦਾ ਹੈ ਪ੍ਰਧਾਨ ਮੰਤਰੀ ਸਪੀਕਰ ਰਾਸ਼ਟਰਪਤੀ ਜਾਂ ਉਪਰਾਸ਼ਟਰਪਤੀ ਤਮ ਮੰਤਰੀਆਂ ਦੇ ਵਿਭਾਗਾਂ ਵਿੱਚ ਅਦਲਾ ਬਦਲੀ ਕਰ ਸਕਦਾ ਹੈ ਪ੍ਰਧਾਨ ਮੰਤਰੀ ਇਹ ਬਿਲਕੁਲ ਸਹੀ ਆਨਸਰ ਬਣੇਗਾ অপਸ਼ਨ ਨੰਬਰ ਏ ਪ੍ਰਧਾਨ ਮੰਤਰੀ ਇਹ ਇੱਥੇ கரੈਕਟ ਆਨਸਰ ਬਣੇਗਾ ਸੋ ਇਸ ਦੇ ਨਾਲ ਹੀ ਅੱਜ ਦੀ ਆਪਣੀ ਇਹ ਵੀਡੀਓ ਇੱਥੇ ਸਮਾਪਤ ਹੁੰਦੀ ਹੈ ਸੋ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਬਹੁਤ ਹੀ ਹੈਲਪਫੁਲ ਲੱਗੀ ਹੋਵੇਗੀ ਸੋ ਇਸ ਵੀਡੀਓ ਨੂੰ ਤੁਸੀਂ ਬਾਤ ਬਾਤ ਸ਼ੇਅਰ ਜ਼ਰੂਰ ਕਰਨਾ ਬਾਕੀ ਜਿਹੜੇ ਵਿਦਿਆਰਥੀਆਂ ਨੇ ਹਜੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਤੇ ਪ੍ਰੈਸ ਕਰਕੇ ਗੌਲ ਬਟਨ ਤੇ ਵੀ ਕਲਿੱਕ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟਾਈਮ ਮਿਲਦਾ ਰਹੇ ਇਸ ਤਰ੍ਹਾਂ ਉਹ ਮੌਕ ਟੈਸਟ ਤੁਸੀਂ ਅਜੇ ਵੀ ਪੁੱਲ ਕੇ ਨਾ ਛੱਡੋ ਇੱਕ ਦੋ ਦਿਨ ਵੈਸੇ ਤਾਂ ਪਾਇਆ ਬਟ ਫਿਰ ਵੀ ਤੁਸੀਂ ਮੌਕ ਟੈਸਟ ਲਗਾ ਸਕਦੇ ਜੇ 300 ਰੁਪਏ ਫੀਸ ਹੈ 300 ਰੁਪਏ ਦੇ ਵਿੱਚ ਤੁਸੀਂ ਆਪਣੇ ਕੋਲ 10 ਮੌਕ ਟੈਸਟ ਲੈ ਸਕਦੇ ਹੋ ਹਰੇਕ ਟੈਸਟ ਵਿੱਚ ਤੁਹਾਨੂੰ 100 ਐਮਸੀਕਿਊ ਪ੍ਰੋਵਾਈਡ ਕੀਤੇ ਜਾਣਗੇ ਐਂਡ ਇਹਨਾਂ ਵਿੱਚ ਸਾਰਾ ਸਰਵਿਸ ਵੀ ਕਵਰ ਕੀਤਾ ਹੋਇਆ ਇਸ ਨੰਬਰ ਤੇ ਮੈਨੂੰ ਹੁਣੇ ਹੀ ਕਾਲ ਕਰਨੀ ਆ 95173 944594 ਇਸ ਨੰਬਰ ਤੇ ਜਾਂ ਤਾਂ ਕਾਲ ਕਰਨੀ ਹੈ ਜਾਂ WhatsApp ਥਰੂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤਾਂ ਇਹਨਾਂ ਟੈਸਟਾਂ ਦੇ ਰਿਗਾਰਡਿੰਗ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਚੈਨਲ ਦੀ ਪਲੇ ਲਿਸਟ ਚੈੱਕ ਕਰਕੇ ਦੇਖੋ ਉੱਥੇ ਤੁਹਾਨੂੰ ਬਹੁਤ ਸਾਰੀਆਂ ਵੀਡੀਓਜ਼ ਪ੍ਰੋਵਾਈਡ ਕਰਾਈਆਂ ਹੋਈਆਂ ਨੇ ਸੋ ਜਿੰਨਾ ਜਲਦੀ ਹੋ ਸਕੇ ਵੀਡੀਓਜ਼ ਨੂੰ ਚੈੱਕ ਕਰੋ ਕਾਫੀ ਡਾਟਾ ਤੁਹਾਨੂੰ ਪੇਪਰ ਵਿੱਚ ਦੇਖਣ ਨੂੰ ਵੀ ਮਿਲੇਗਾ ਤਾਂ ਹੁਣ ਆਪਾਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ